ਕੋਈ ਆ ਪਾਣੀ ਪੀਓ ਤੇ ਵੋਟਾਂ ਫੇਰ ਮੰਗਣਾ ਹੋ ਲੋਕਾਂ ਕੋਲ ਅਸੀਂ ਪੰਜਾਬ ਵਾਸੀਆਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਪਾਣੀ ਵਾਲਾ ਮਸਲਾ ਐਡਾ ਵੱਡਾ ਗੰਭੀਰ ਮਸਲਾ, ਇਸ ਮਸਲੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਕੀ ਤੁਹਾਨੂੰ ਪੰਜਾਬ ਦਾ ਪਾਣੀ ਨਹੀਂ ਚਾਹੀਦਾ ਜੀ? ਅਸੀਂ ਇਹੀ ਪੁੱਛਣਾ ਸੀ ਕਾਂਗਰਸੀ ਮੰਤਰੀਆਂ ਨੂੰ, ਸ਼ਾਹਕੋਟ ਜਾ ਰਹੇ ਸੀ ਸਾਨੂੰ ਮੋਗੇ ਘੇਰ ਕੇ ਹੁਣ ਪੁਲਿਸ ਨੇ ਰੱਖਿਆ। ਜਿੰਨੀਆਂ ਮੱਛੀਆਂ ਮਰੀਆਂ ਨੇ, ਜਿੰਨੇ ਜਾਨਵਰ ਮਰੇ ਜੇ, ਤੁਸੀਂ ਵੀ ਨਾਲ ਖੜੇ। ਪੰਜਾਬ ਦੇ ਲੋਕੋ ਅਸੀਂ ਇਹੀ ਅਪੀਲ ਕਰ ਰਹੇ, ਸਾਨੂੰ ਤਾਂ ਫੜ ਲਿਆ, ਬਾਕੀ ਦਾ ਸ਼ਾਹਕੋਟ ਪਹੁੰਚ ਜਾਓ। ਪੰਜ ਪਾਣੀਆਂ ਦੀ ਤਾਂ ਤੁਸੀਂ ਅੱਜ ਬੇਆਉ ਹੋ ਜਾ ਰਹੇ ਪੰਜਾਬ ਤੇ ਗੱਲ ਵੀ ਨਹੀਂ ਕਰਦੇ ਰਹੇ। ਆ ਜਾਓ ਇੱਧਰ ਤੱਕ ਕਿਸੇ ਫੋਨ ਚੱਕਣਾ ਵਿੱਚੋਂ ਫੋਨ ਫੋਨ ਆਪਾਂ ਕਹਿ ਦਿੰਦੇ ਹਾਂ ਯਾਰ। ਹਾਂਜੀ ਹਾਂ, ਦੱਸੋ ਕੀ ਪੁੱਛਣਾ ਚਾਹੁੰਦੇ ਆ? ਅਸੀਂ ਪਾਣੀਆਂ ਦੇ ਮਸਲਿਆਂ ਤੇ ਕਾਂਗਰਸੀਆਂ ਨੂੰ ਸਵਾਲ ਪੁੱਛਣ ਚੱਲੇ ਸੀ ਸਾਡੇ, ਇੰਨਾ ਵੀ ਹੱਕ ਨੀ ਰਿਹਾ ਲੋਕਾਂ ਦਾ ਵੀ ਹੱਕੀ ਗੱਲਾਂ ਕਰਨ ਦਾ ਵੀ ਸਾਨੂੰ ਹੱਕ ਨੀ ਹੈਗਾ। ਤੁਸੀਂ ਦੇਖ ਲਓ ਵੀ ਕਿੰਨੀਆਂ ਮੱਛੀਆਂ ਮਾਰੀਆਂ ਗਈਆਂ ਕੈਮੀਕਲ ਪੰਜਾਬ ਦੇ, 40 ਸਾਲ ਹੋ ਗਏ ਪੰਜਾਬ ਦੇ ਪਾਣੀਆਂ 'ਚ ਕੈਮੀਕਲ ਪੈਦਾ ਨੂੰ। ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਹਾਂ ਵੀ ਘੱਟੋ ਘੱਟ ਸਾਰੇ ਲੋਕ ਅਸੀਂ ਫੜੇ ਗਏ ਹਾਂ, ਪਰ ਸਾਗੁਣ ਲੋਕਾਂ ਕਰਦਾ ਮਨਾਲੀ ਲੋਕ ਮਰਦੇ ਪਾਣੀ ਨਾਲ, ਉਹ ਪਾਣੀ ਰਾਜਸਥਾਨ ਤੱਕ ਜਾ ਪਹੁੰਚਿਆ। ਇਹ ਸਵਾਲ ਹੈ ਸਾਡੇ, ਹੁਣ ਜ਼ਿੰਮੇਵਾਰ ਸਰਕਾਰ ਹੈ, ਸ਼ਰਨੇ ਦੀ ਕੁੜੀ ਹੈ, ਚੱਡੇ ਦੀ ਨੂੰਹ ਹੈ, ਇਸੇ ਕਰਕੇ ਬਚ ਰਹੀ ਹੈ। ਓ ਪੀ ਸੋਨੀ ਦਾ ਬਿਆਨ ਹੈ,
ਉਹ ਵੀ ਸੋਨੀ ਦੀ ਸਟੇਟਮੈਂਟ ਹੈ, ਸਾਨੂੰ ਇੰਡਸਟਰੀ ਚਾਹੀਦੀ ਆ, ਕਾਰਖਾਨੇ ਚਾਹੀਦੇ ਆ, ਪੰਜਾਬ ਦੇ ਲੋਕ ਮਾਰਨੇ ਆ, ਕਾਰਖਾਨੇ ਪਿਆਰੇ ਹੋ ਗਏ ਸਾਰੇ ਜਿਹੜੇ ਵੀ ਆ, ਵੱਡੀਆਂ ਵੱਡੀਆਂ ਧਨਾੜ ਬੰਦੇ ਨੇ ਜਿਹੜੇ ਕਾਰਖਾਨੇ ਉਹਨਾਂ ਦੀਆਂ ਤਾਂ ਤੰਗ ਹੋ ਰੱਖ ਲਿਆ। ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਨੀ ਚਾਹੁੰਦੇ ਹਾਂ, ਦੇਖੋ ਭਰਾਵੋ ਸਾਨੂੰ ਇੱਥੇ ਮੌਕੇ ਜੇ ਫੜ ਕੇ ਇਹਨਾਂ ਨੇ ਡੱਕ ਲਿਆ, ਉਹਦਾ ਨਾਲ ਕੋਈ ਮੁਕੱਦਮਾ ਦਰਜ ਕਰਕੇ ਅੰਦਰ ਦੇ ਦੇਣਾ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਸ਼ਾਹਕੋਟ ਦੇ ਲੋਕਾਂ ਨੂੰ ਖਾਸ ਕਰਕੇ ਵੀ ਇਹਨਾਂ ਲੋਕਾਂ ਨੂੰ ਘੇਰ ਲਓ ਯਾਰ, ਘੇਰ ਕੇ ਸਵਾਲ ਪੁੱਛੋ, ਘੇਰ ਕੇ ਪਾਣੀ ਪਿਆਓ, ਇਹਨਾਂ ਨੂੰ ਵੋਟ ਤੁਹਾਨੂੰ ਪਾ ਦਿਆਂਗੇ ਕੋਈ ਗੱਲ ਨਹੀਂ, ਪਰ ਪਹਿਲਾਂ ਜਿਹੜਾ ਪਾਣੀ ਹੈ ਪਾਣੀ ਪੀ ਲਓ, ਇਹਨਾਂ ਦੇ ਜਵਾਕਾਂ ਨੂੰ ਇਹਦੇ ਪਰਿਵਾਰਾਂ ਨੂੰ ਇਹ ਪਾਣੀ ਪਿਆਓ, ਜਿਹੜਾ ਗੰਦਾ ਹੋ ਗਿਆ ਪਾਣੀ, ਚਾਹੇ ਸਤਲੁਜ ਦਾ ਪਾਣੀ ਹੈ, ਚਾਹੇ ਉਹ ਬਿਆਸ ਦਾ ਪਾਣੀ ਹੈ, ਚਾਹੇ ਉਹ ਨਹਿਰਾਂ ਦਾ ਪਾਣੀ ਆ, ਇਸ ਲਈ ਇਹ ਪਾਣੀ ਇਹਨਾਂ ਨੂੰ ਪਿਆਉਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਪਾਣੀ ਪਿਆਉਣ ਹੀ ਚੱਲੇ ਸੀ, ਪੰਜਾਬ ਸਰਕਾਰ ਮਰਦਾ, ਪੰਜਾਬ ਦੇ ਪਾਣੀਆਂ ਦੇ ਕਾਤਲ ਮਰਦਾ, ਕੈਪਟਨ ਮਾਮਾ ਮਰਦਾ, ਅਯਾਸ਼ ਰਾਜਾ ਮਰਦਾ, ਅਯਾਸ਼ ਰਾਜਾ ਮਰਦਾ, ਕੈਪਟਨ ਮੁੱਖ ਮੰਤਰੀ ਮਰਦਾ, ਪੰਜਾਬ ਸਰਕਾਰ ਮਰਦਾ। ਪੰਜਾਬ ਸਰਕਾਰ ਮੁਰਦਾਬਾਦ, ਇਹਦਾ ਸਾਰੇ ਨਾਕੇ ਲਾਈ ਖੜੇ ਆ, ਸਾਰੇ ਲਾਈ ਖੜੇ, ਉਹ ਧਰਮਕੋਟ ਸ਼ਾਹਕੋਟ ਸਾਰੇ ਨਾਕੇ ਲੱਗੇ ਹੋਏ, ਆਪਾਂ ਪਿੰਡਾਂ ਪੁੰਡਾਂ ਵਿੱਚ ਨਿਕਲ ਜਾਂਦੇ ਫਿਰ ਠੀਕ ਕਰੋ, ਹੁਣ ਬੈਨ ਫੜ ਲੈਂਦੇ ਤਾਂ।
ਬੈਂਡ ਚਲਾ ਤੂੰ ਆਪਾਂ ਹੁਣ ਉੱਥੇ ਲੈ ਚੱਲਦੇ ਨਾ ਰੋਕੇ ਨਾ ਕਰੇ ਕੋਈ ਆਪਾਂ ਨੇੜੇ ਜਾ ਕੇ ਲਾ ਲੈਂਦੇ ਉੱਥੇ ਉੱਥੋਂ ਆਪਾਂ ਕੇਰਾ ਪਿੰਡੋਂ ਆਈ ਨਿਕਲੇ ਹੁੰਦੇ ਇਕੱਲੇ ਇਕੱਲੇ ਕਰਕੇ ਨਾ ਇਹ ਤੋਂ ਫੜ ਲੈਂਦੇ ਆਪਾਂ ਇੱਧਰ ਉੱਥੇ ਲੈ ਚੱਲਦੇ ਨਾ ਹੋਰ ਨਾ ਕੋਈ ਰੋਕੇ ਨਾ ਕਰੇ ਸ਼ਰਮ ਵਾਲੀ ਗੱਲ ਇਧਰ ਉਧਰ ਸਾਹਮਣੇ ਦਿਸ ਜੂਗਾ ਫਰੈਸ਼ ਕਰ ਦੋ ਕੀ ਹਾਲ ਹੈ ਵੀਰ ਕਿਤੇ ਚਲਾਇਆ ਬਾਈ ਚੱਲੋ ਕਿੱਥੇ ਚੱਲਿਆ ਬਾਈ ਕਿੱਥੇ ਚੱਲਿਆ ਬਾਈ ਥਾਣੇ ਚੱਲਿਆ ਚੱਲ ਪੰਜਾਬ ਦੇ ਖਾਸ ਕਰਕੇ ਜਿਹੜਾ ਸਾਨੂੰ ਦੇਖੋ ਭਰਾਵੋ ਫੜ ਲਿਆ ਅੱਜ ਸਾਨੂੰ ਮੌਕੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਹੁਣ ਥਾਣੇ ਲੈ ਕੇ ਚੱਲੇ ਆ ਸੋ ਮੇਰਾ ਵੀਰ ਮੈਂ ਜੇ ਸਾਡੀਆਂ ਚੀਰਾਂ ਵਾਲੀਆਂ ਜਾਗਦੀਆਂ ਨੇ ਨਾ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਪੰਜਾਬ ਬੱਚੇ ਸਾਡੇ ਪੰਜਾਬ ਦੀ ਜਿਹੜੀ ਆਬੋ ਹਵਾ ਪੰਜਾਬ ਦੇ ਪਾਣੀ ਬਚੇ ਲੈਣ ਆ ਸ਼ਾਹਕੋਟ ਵਾਲਿਓ ਤੁਹਾਡੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਮੇਰਾ ਵੀਰ ਪੜਦੀ ਹੈ ਸੋ ਇਹਨਾਂ ਨੂੰ ਜ਼ਰੂਰ ਭਰਾ ਘੇਰ ਕੇ ਇਹਨਾਂ ਦੇ ਪਰਿਵਾਰਾਂ ਨੂੰ ਬੁਲਾਓ ਉੱਥੇ ਅਤੇ ਜਿਹੜੇ ਇਹਨਾਂ ਨੇ ਗੰਦੇ ਜ਼ਹਿਰੀਲੇ ਕੀਤੇ ਪਾਣੀ ਨੇ ਉਹਨਾਂ ਨੂੰ ਜ਼ਰੂਰ ਪਿਆਓ ਕਿਉਂਕਿ ਇਹਦੇ ਪਿੱਛੇ ਬਹੁਤ ਵੱਡੀਆਂ ਜਿਹੜੀਆਂ ਧਨਾੜ ਲੋਕ ਨੇ ਜਿਹੜੇ ਸ਼ਰਨੇ ਦੀ ਉਹ ਕੁੜੀ ਹੈ ਅਤੇ ਚੱਡੇ ਦੀ ਉਹ ਜਿਹੜੀ ਹੈਗੀ ਹੈਗੀ ਨੂੰਹ ਹੈ ਸੋ ਉਹ ਬਹੁਤ ਉਹਨਾਂ ਦੇ ਪਿੱਛੇ ਓ ਪੀ ਸੋਨੀ ਵਰਗਿਆਂ ਦਾ ਹੋਰ ਮੰਤਰੀਆਂ ਦਾ ਕਿਉਂਕਿ ਉਹ ਜਿਹੜਾ ਬੰਦਾ ਜਿਹੜਾ ਹੈਗਾ ਸ਼ਰਨਾ ਜਿਹੜਾ ਉਹ ਕੈਪਟਨ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਉਹਦਾ ਸਲਾਹਕਾਰ ਆ ਸੋ ਉਹੋ ਜਿਹੇ ਬੰਦਾ ਨੂੰ ਯਾਰ ਨੱਥ ਜੇ ਪਾਉਣੀ ਤਾਂ ਲੋਕਾਂ ਨੂੰ ਮੇਰਾ ਵੀ ਰੁੱਟਣਾ ਪੈਣਾ ਮੇਰੀ ਬੇਨਤੀ ਹੈ ਸੋਨੂੰ ਭਰਾਵਾ ਸ਼ਾਹਕੋਟ ਵਾਲਿਓ ਤੁਸੀਂ ਪੰਜਾਬ ਦੀ ਰੱਖ ਦਿਖਾ ਸਕਦੇ ਆ ਮੇਰਾ ਵੀਰ ਇਹਨੂੰ ਘੇਰ ਕੇ ਛੱਤਰ ਮਾਰੋ ਡਲੇ ਡੁਲੇ ਮਾਰੋ ਜੋ ਇਹਨਾਂ ਦੀਆਂ ਗੱਡੀਆਂ ਕੇ ਰੋਕਾਂ ਕੇ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਕਿਵੇਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹਾਂ ਅਤੇ ਲੋਕ ਹੁਣ ਉੱਠ ਖੜ੍ਹੇ ਆ ਅਤੇ ਲੋਕ ਹੁਣ ਬਹੁਤਾ ਟਾਈਮ ਚੁੱਪ ਨਹੀਂ ਰਹਿਣਗੇ ਸੋ ਅਸੀਂ ਤਾਂ ਅੱਜ ਇਹਨਾਂ ਦਾ ਇੱਕ ਪਾਸਾ ਕਰਕੇ ਜਾਂਦੇ ਪਰ ਭਰਾਵਾ ਮਜ਼ਬੂਰੀ ਆ ਰਾਹ ਫੜੇ ਗਏ ਹਾਂ ਸੋ ਇਹੀ ਮੇਰਾ ਵੀਰ ਸਾਨੂੰ ਬੇਨਤੀ ਕਰਦੇ ਹਾਂ ਕਿ ਜ਼ਰੂਰ ਇਹਨਾਂ ਨੂੰ ਇਹ ਇੰਨਾ ਕੁ ਜਿਹੜਾ ਨਜ਼ਾਰਾ ਦਿਖਾਓ ਕਿਉਂਕਿ ਇਹਨਾਂ ਨੂੰ ਪਤਾ ਵੀ ਲੋਕ ਬਿਲਕੁਲ ਨਿਖਿੱਧ ਹੋ ਚੁੱਕੇ ਆ ਕੋਈ ਬੋਲਣ ਨੂੰ ਤਿਆਰ ਨਹੀਂ ਹੈਗਾ ਸਾਰਿਆਂ ਲੋਕਾਂ ਦੀਆਂ ਇਹਨਾਂ ਨੇ ਜ਼ਮੀਰਾਂ ਮਾਰ ਲਈਆਂ ਸਾਰੇ ਲੋਕ ਆਪਣੇ ਥੱਲੇ ਲਾ ਲਏ ਆ ਮੈਂ ਹੈਰਾਨ ਹੈ ਜਿਹੜੇ ਬੰਦਿਆਂ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉੱਟ ਕੇ ਚੱਕ ਕੇ ਸੌਂਆਂ ਖਾਧੀਆਂ ਉਹ ਬੰਦਾ ਉਹ ਪੰਜਾਬ ਦਾ ਮੁੱਖ ਮੰਤਰੀ ਅੱਜ ਚਿੱਟਿਆਂ ਦੀਆਂ ਸੌਂਆਂ ਖਾਂਦਾ ਸੀ ਯਾਰ ਤੁਹਾਡੀਆਂ ਜਵਾਨੀਆਂ ਖਾ ਗਏ ਇਹ ਚਿੱਟਿਆਂ ਨਾਲ ਤੁਹਾਡੀਆਂ ਕਿਸਾਨੀਆਂ ਖਾ ਗਏ
ਤੁਹਾਡੇ ਪਾਣੀ ਮਾਰਤੇ, ਤੁਹਾਡੀਆਂ ਹਵਾਵਾਂ ਮਾਰਤੀਆਂ, ਅਸੀਂ ਫਿਰ ਵੀ ਇਹਨਾਂ ਦੀ ਜਿੰਦਾਬਾਦ ਜਿੰਦਾਬਾਦ ਕਰਦੇ ਹਾਂ, ਕਿਉਂ ਯਾਰ ਕਿਉਂ? ਇੰਨੇ ਤਾਂ ਅਸੀਂ ਮਾੜੇ, ਇੰਨੇ ਨਿਕੰਮੇ ਨਹੀਂ ਸੀ ਅਸੀਂ। ਸੋ ਮੇਰਾ ਵੀਰ ਸਾਨੂੰ ਇਹ ਭਰਾ ਬੇਨਤੀ ਹੈ, ਇਹ ਸਾਨੂੰ ਪਤਾ ਨਹੀਂ ਹੈ ਹੁਣ ਥਾਣੇ ਅੱਜ ਛੱਡਣ, ਕੱਲ੍ਹ ਨੂੰ ਛੱਡਣ, ਪਤਾ ਨਹੀਂ ਵੋਟਾਂ ਤੋਂ ਬਾਅਦ ਛੱਡਣਗੇ, ਠੀਕ ਹੈ? ਪਰ ਮੇਰਾ ਵੀਰ ਇੰਨੀ ਕੁ ਬੇਨਤੀ ਹੈ ਵੀ ਜ਼ਰੂਰ ਇਹਨਾਂ ਨੂੰ ਯਾਰ ਇਹ ਹਿਸਾਬ ਜ਼ਰੂਰ ਸਿਖਾਓ, ਅਤੇ ਬਾਕੀ ਦੇਖਦੇ ਹਾਂ ਫਿਰ ਤੁਹਾਨੂੰ ਕੀ ਇਹ ਕਰਦੇ। ਜਦੋਂ ਸਾਨੂੰ ਛੱਡਤਾ, ਜਿਹੜਾ ਅੱਜ ਜੀ ਉਹਨਾਂ ਨੇ ਸਾਨੂੰ ਛੱਡਤਾ ਹੱਥਾਂ ਨੂੰ, ਤਾਂ ਕੱਲ੍ਹ ਨੂੰ ਜਾਂ ਪਰਸੋਂ ਵੋਟਾਂ ਵਾਲੇ ਦਿਨ ਤੱਕ, ਜਿੱਦਣ ਤੱਕ ਵੀ ਹੰਗੇ ਹੋਇਆ, ਸ਼ਾਹਕੋਟ ਤੁਹਾਡੇ ਕੋਲ ਲਾਜ਼ਮੀ ਪਹੁੰਚਾਂਗੇ। ਸ਼ਾਹਕੋਟ ਦੇ ਵਿੱਚੋਂ ਬਹੁਤ ਵੱਡਾ ਹੰਗਾਰਾ ਸਾਨੂੰ ਮਿਲਿਆ ਸੀ, ਬਹੁਤ ਨੌਜਵਾਨਾਂ ਦੇ ਫੋਨ ਆਏ ਕਿ ਬਾਈ ਸ਼ਾਹਕੋਟ ਆਓ, ਇਹ ਤੁਹਾਡੇ ਨਾਲ ਹੈ। ਉਹਨਾਂ ਭਲਾ ਮੈਨੂੰ ਵੀ ਸੀ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਭਾਈ ਫੜ ਕੇ ਹੁਣ ਲਈ ਜਾ ਰਹੇ ਨੇ। ਤੁਸੀਂ ਮੇਰਾ ਵੀਰ ਉੱਥੇ ਜਿੰਨੇ ਕੁ ਹੈਗੇ ਹੋ, ਸ਼ਾਹਕੋਟ ਆਪਾਂ ਬੱਸ ਅੱਡੇ 'ਚ ਇਕੱਠੇ ਹੋਣੇ ਸੀ, ਬਹੁਤ ਮੁੰਡੇ ਤਾਂ ਆਪਣੇ ਆਸੇ ਪਾਸੇ ਦੀ ਹੋ ਕੇ ਜਲੰਧਰ ਵਾਲੇ ਨੇ, ਜਿਹੜੇ ਗੁਰਦਾਸਪੁਰ ਵਾਲੇ ਨੇ, ਸ਼ਾਹਕੋਟ ਵਾਲੇ ਲੋਕਲ ਮੁੰਡੇ ਨੇ, ਉਹ ਪਹੁੰਚ ਚੁੱਕੇ ਆ। ਉੱਨੇ ਕੁ ਬੰਦੇ ਮੇਰਾ ਵੀਰ ਉੱਥੇ ਪਾਣੀ ਹੈਗਾ ਆਪਣਾ, ਸਟਾਲਾਂ ਲਾ ਕੇ ਇਹਨਾਂ ਨੂੰ ਘੇਰ ਲਓ ਮੇਰਾ ਵੀਰ, ਜਿੰਨੇ ਕੁ ਹੈਗੇ ਹੋ। ਜਿਹੜੀ ਸਾਡੀ ਦੂਜੀ ਟੀਮ ਹੈ ਆਪਾਂ ਹੁਣ ਮਿਹਨਤ ਕਰਦਾ ਪੰਜਾਬ ਸਰਕਾਰ ਪਾਣੀਆਂ ਦੇ ਕਾਤਲ ਕੈਪਟਨ ਅਮਰਿੰਦਰ ਮੁਰਦਾ, ਪੰਜਾਬ ਦਾ ਯਾਸ਼ ਮੁੱਖ ਮੰਤਰੀ ਮੁਰਦਾ। ਚਲੋ ਚਲੋ ਚਲੋ, ਦੋ ਦਿਨ ਚਾਰ ਦਿਨ ਇੱਥੇ ਜਿਹੜਾ